ਸ਼੍ਰੀਕਾਲ ਜੀ, ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੈ। ਥੈਂਕ ਯੂ ਸੋ ਮੱਚ, ਤੁਸੀਂ ਮੇਰਾ ਚੈਨਲ ਲਾਈਕ ਕਰ ਰਹੇ ਹੋ, ਸਬਸਕ੍ਰਾਈਬ ਕਰ ਰਹੇ ਹੋ, ਸ਼ੇਅਰ ਕਰ ਰਹੇ ਹੋ। ਤੁਸੀਂ, ਮੈਂ ਦੁਆ ਕਰਾਂਗੀ ਤੁਸੀਂ ਸਾਰੇ ਠੀਕ ਠਾਕ ਹੀ ਹੋ ਔਰ ਤੁਹਾਨੂੰ ਨਵੀਂ ਅਵੇਅਰਨੈਸ ਅਤੇ ਨਵੀਂ ਵੀਡੀਓਸ ਮਿਲਦੀ ਰਹੀ। ਅਤੇ ਇਹ ਮੇਰਾ ਜਿਹੜਾ ਵੀਡੀਓ ਬਣਾਉਣ ਦਾ ਮਕਸਦ ਹੈ, ਇਹ ਅਵੇਅਰਨੈਸ ਦਾ ਹੈਗਾ। ਮਤਲਬ ਵੀਡੀਓ ਬਣਾਉਂਦੀ ਮੈਨੂੰ ਬੜੀ ਖੁਸ਼ੀ ਮਿਲਦੀ ਹੈ, ਕੋਈ ਵੀ ਨਵੇਂ ਟੋਪਿਕ 'ਤੇ ਮੈਂ ਬਣਾਉਂਦੀ ਹੈਗੀ। ਅੱਜ ਮੈਂ ਇੱਕ ਵੀਡੀਓ ਬਣਾਉਣ ਲੱਗੀ ਹਾਂ ਕਿ ਕਾਫੀ ਇੱਕ ਦੋ ਕੁੜੀਆਂ ਹੈਗੀਆਂ, ਜਿਵੇਂ ਸੁਮਨ ਰਾਣੀ। ਅਤੇ ਇੱਕ ਸੁਮਨ ਰਾਣੀ ਕੁੜੀ ਸੀ ਜਿਹੜਾ ਮਲੇਸ਼ੀਆ ਵਿੱਚ ਡੋਮੈਸਟਿਕ ਵਰਕਰ ਦਾ ਕੰਮ ਕਰਿਆ ਕਰਦੀ ਸੀ। ਅਤੇ ਉਹ ਡੋਮੈਸਟਿਕ ਦਾ ਕੰਮ ਕਰਦੇ ਕਰਦੇ ਉਹ ਉਹਨੇ ਸੋਚਿਆ ਕਿ ਮੈਂ ਈਜ਼ੀ ਟੂ ਮੂਵ ਕਰਾਂ ਕੈਨੇਡਾ। ਮੂਵ ਕਰ ਸਕਦੇ ਐਜ਼ ਏ ਉਹ ਲਿਵਿੰਗ ਕੇਅਰ ਦਾ ਨੈਨੀ ਦਾ ਵਰਕਰ, ਐਜ਼ ਏ ਡੋਮੈਸਟਿਕ ਵਰਕਰ ਕਰਦੀ ਸੀ ਸਿੰਗਾਪੁਰ। ਅਤੇ ਉਹ ਕੈਨੇਡਾ ਜਾਣਾ ਚਾਹੁੰਦੀ, ਅਤੇ ਉਹਨੂੰ ਮੈਂ ਰਾਹ ਵੀ ਦੱਸ ਦਿਆਂ ਕਿ ਕਿਵੇਂ ਜਾਣਾ ਹੈਗਾ। ਅਤੇ ਉਹਦੇ ਕੋਲ 4 ਸਾਲ ਦਾ ਐਕਸਪੀਰੀਅੰਸ ਵੀ ਹੈਗਾ ਸੀ ਇਸਦਾ, ਐਜ਼ ਏ ਕੇਅਰ ਗਿਵਰ ਦਾ। ਅਤੇ ਨਾਲ ਹੁਣ ਇੱਕ ਮਲੇਸ਼ੀਆ 'ਤੇ ਵੀ ਕਾਲ ਆਈ ਸੀ ਮੈਨੂੰ 1 ਮਹੀਨੇ ਪਹਿਲੇ। ਨਾਮ ਰਾਜਵਿੰਦਰ ਸੀ ਅਤੇ ਮਲੇਸ਼ੀਆ ਵਿੱਚ ਐਜ਼ ਏ ਉਹ ਡੋਮੈਸਟਿਕ ਵਰਕਰ ਕੰਮ ਕਰ ਰਹੇ ਹੈਗੇ ਕਰ ਰਹੀ ਹੈਗੀ। ਉਹਨਾਂ ਨੂੰ ਐਜ਼ ਏ ਕੈਨੇਡਾ ਮੂਵ ਹੋਣਾ ਹੈਗਾ, ਐਜ਼ ਏ ਲਿਵਿੰਗ ਕੇਅਰ ਕੈਨੇਡਾ ਹੀ ਮੂਵ ਹੋਣਾ ਚਾਹੁੰਦੇ ਹੈਗੇ। ਅਤੇ ਉਹ ਈਜ਼ੀਲੀ ਮੂਵ ਹੋ ਸਕਦੇ ਹੈਗੇ ਅਗਰ ਉਹਨਾਂ ਕੋਲ ਐਕਸਪੀਰੀਅੰਸ ਕੋਈ ਇੰਪਲੋਇਰ ਕੈਨੇਡਾ ਹੈਗਾ, ਕੋਈ ਪ੍ਰੋਬਲਮ ਨਹੀਂ ਹੈਗੀ ਕੈਨੇਡਾ ਮੂਵ ਹੋਣ ਨੂੰ, ਪਰ ਐਕਸਪੀਰੀਅੰਸ ਵੀ ਈਜ਼ੀ ਉਹਨਾਂ ਕੋਲ ਹੋਣਾ ਚਾਹੀਦਾ ਥੇਰੇ ਕੰਟਰੀ ਦਾ। ਪਹਿਲੇ ਤਾਂ ਜੋਬ ਅਵੇਲਟੀ ਕੈਨੇਡਾ ਹੋਣੀ ਚਾਹੀਦੀ। ਅਗਰ ਉਹ ਨੈਨੀ ਵਾਸਤੇ ਜਾਣਾ ਹੈਗਾ, ਕਿਸੇ ਵਾਸਤੇ ਵੀ ਜਾਣਾ ਹੈ, ਚਾਹੇ ਹੋਟਲ ਮੈਨੇਜਮੈਂਟ ਵਾਸਤੇ ਜਾਣਾ ਹੈ ਕਿਸੇ ਵਰਕਰ ਨੇ, ਜਾਂ ਡੋਮੈਸਟਿਕ ਵਰਕਰ ਵਾਸਤੇ ਜਾਣਾ, ਹੋਮ ਸਪੋਰਟ ਵਰਕਰ ਵਾਸਤੇ ਜਾਣਾ, ਪਰ ਕੈਨੇਡਾ ਵੀ ਜੋਬ ਅਵੇਲਟੀ ਹੋਣੀ ਚਾਹੀਦੀ। ਥੋੜ੍ਹਾ ਇੰਪਲੋਇਰ ਹੋਣਾ ਚਾਹੀਦਾ ਜਿਹੜਾ ਤੁਹਾਨੂੰ ਬੁਲਾਏ, ਥੋੜ੍ਹੀ LMI ਪਰੂਫ ਕਰਾਏ, ਕਿਉਂਕਿ LMI ਪਰੂਫ ਕਰਾਉਣ ਵਾਸਤੇ ਵੀ ਕਮ ਸੇ ਕਮ $1,000 ਤੋਂ ਲੱਗਦੇ ਹੈਗੇ। ਤੁਹਾਨੂੰ ਏਜੰਟ ਕਿਵੇਂ ਦਿੰਦੇ, ਕੀ ਫੀਸ ਲੈਂਦੇ ਆ ਉਹ ਮੈਨੂੰ ਕੁਛ ਨਹੀਂ ਪਤਾ ਉਸਦਾ, ਪਰ ਇੰਨਾ ਮੈਨੂੰ ਪਤਾ ਕਿ LMI ਦੀ ਫੀਸ ਜਿਹੜੀ ਹੈਗੀ ਆ $1,000 ਹੁੰਦੀ ਹੈਗੀ। ਅਗਰ ਤੁਸੀਂ ਬੈਟਰ ਚਾਹੋ ਕਿ ਅਗਰ ਕਿਸੇ ਕੋਲ ਆਪਾਂ ਫਸੇ ਨਾ, ਕਿਸੇ ਏਜੰਟ ਕੋਲ ਨਾ ਕਰੇ, ਤਾਂ ਕਾਫੀ ਵੈਬਸਾਈਟਸ ਹੈਗੀਆਂ ਜਿਸ ਨੂੰ ਆਪਾਂ ਜਿਹਦੇ ਵਿੱਚ ਆਪਣਾ ਰਿਜ਼ਿਊਮ ਪਾ ਸਕਦੇ ਹਾਂ ਕਿ ਮੈਂ ਸਿੰਗਾਪੁਰ ਵਿੱਚ ਐਜ਼ ਏ ਡੋਮੈਸਟਿਕ ਵਰਕ ਕੰਮ ਕਰ ਰਹੀ ਹਾਂ। ਅਤੇ monansity.com ਹੈਗੀ ਹੈ, ਕੈਨੇਡਾ ਜੋਬ ਬੈਂਕ ਹੈਗੀ, ਗੌਰਮੈਂਟ ਦੀ ਵੈਬਸਾਈਟ ਹੈਗੀ ਆ, ਉੱਥੇ ਤੁਸੀਂ ਰਿਜ਼ਿਊਮ ਪਾਓਗੇ ਤਾਂ ਉਹਨੂੰ ਕਾਫੀ ਓਪਰਚੁਨਿਟੀਆਂ ਮਿਲ ਜਾਣਗੀਆਂ ਵੀ ਜਿਹਦੇ ਵਿੱਚ ਤੁਸੀਂ ਜਾ ਸਕਦੇ ਹੋ। ਕੈਨੇਡਾ ਜੋਬ ਬੈਂਕ ਗੌਰਮੈਂਟ ਦੀ ਹੀ ਵੈਬਸਾਈਟ ਹੈਗੀ, ਇੱਥੇ ਵੀ ਤੁਸੀਂ ਪਾਓ ਤਾਂ ਕਾਫੀ ਤੁਹਾਨੂੰ ਲੋਕ ਜਿਹੜੇ ਹੈਗੇ ਜਿਨ੍ਹਾਂ ਨੂੰ ਨੈਨੀਜ਼ ਦੀ ਲੋੜ ਹੁੰਦੀ ਹੈਗੀ ਹੈ, ਵਰਕਰਸ ਦੀ ਲੋੜ ਹੁੰਦੀ ਹੈ, ਕੰਪਨੀਆਂ ਨੂੰ ਲੋੜ ਹੁੰਦੀ ਹੈ, ਤਾਂ ਕੈਨੇਡਾ ਜੋਬ ਬੈਂਕ ਵਿੱਚ ਆਪਣਾ ਰਿਜ਼ਿਊਮੇ ਪਾਉਂਦੇ। ਉੱਥੇ ਜੋਬ ਅਵੇਲਟੀ ਕਾਫੀ ਹੁੰਦੀ ਹੈਗੀ, ਕੈਨੇਡਾ ਦੇ ਲੋਕ ਹੀ ਹੁੰਦੇ, ਔਰ ਖਾਸ ਕਰ ਗੌਰਮੈਂਟ ਦੀ ਸਾਈਡ ਹੈਗੀ। ਅਤੇ ਅਗਰ ਥੋੜ੍ਹੀ LMI ਪਰੂਫ ਉਹਨਾਂ ਨਹੀਂ ਕਰਾਉਣੀ ਹੁੰਦੀ ਹੈ, ਹੁਣ ਕੁਛ ਕੰਮ ਵਾਸਤੇ LMI ਚਾਹੀਦੀ ਹੀ ਨਹੀਂ ਹੁੰਦੀ, ਕੁਛ ਪ੍ਰੋਫੈਸ਼ਨ ਵਾਸਤੇ। ਹੁਣ ਜਿਵੇਂ ਟੂਰਿਸਟ ਬੇਸ ਕੰਟਰੀ ਹੈਗੀ ਸਿੰਗਾਪੁਰ, ਮਲੇਸ਼ੀਆ, ਦੁਬਈ, ਇਹ ਸਾਰੀਆਂ ਟੂਰਿਸਟ ਬੇਸ ਕੰਟਰੀ, ਛੋਟੀਆਂ ਕੰਟਰੀਆਂ, ਇੱਥੇ ਤਾਂ ਲੋਕ ਮੂਵ ਹੋਣਾ ਚਾਹੁੰਦੇ ਹੈਗੇ। ਹੁਣ ਕਦੇ ਕੇਰਲਾ 'ਤੇ ਫੋਨ ਆਉਂਦਾ ਕੋਈ ਨਰਸ ਦਾ, ਉਹ UAE ਵਿੱਚ ਹੈਗੀ, ਸਾਊਦੀ ਵਿੱਚ ਹੈਗੀ, ਐਜ਼ ਏ ਨਰਸਿੰਗ ਦਾ ਕੰਮ ਕਰ ਰਹੀ ਹੈਗੀ, ਉਹ ਮੂਵ ਹੋਣਾ ਚਾਹੁੰਦੀ ਹੈ ਕੈਨੇਡਾ। ਅਤੇ ਪਹਿਲੇ ਆਪਣਾ ਰਿਜ਼ਿਊਮੇ ਪਾਓ, ਅਗਰ ਇੰਪਲੋਇਰ ਹੈਗਾ ਤੁਹਾਡੇ ਕੋਲ ਤਾਂ ਇੱਕ ਬੇਸ ਆਪਣੇ ਕੋਲ ਨੈਨੀ ਦਾ ਹੈਗਾ, ਆਪਾਂ ਨੈਨੀ ਦੇ ਬੇਸ 'ਤੇ ਈਜ਼ੀਲੀ ਜਾ ਸਕਦੇ ਹਾਂ, ਜਾਂ ਆਪਣਾ ਵੈਬਸਾਈਟ 'ਤੇ ਰਿਜ਼ਿਊਮੇ ਅਪਲੋਡ ਕਰੋ। ਵੈਬਸਾਈਟ 'ਤੇ ਰਿਜ਼ਿਊਮੇ ਪਾਉਣ monansity.com ਹੈ, ਇੰਡੀਅਨ ਜੋਬ ਸਾਈਟਸ ਹੈ, ਗੂਗਲ ਵਿੱਚ ਜਿੰਨਾ ਮਰਜ਼ੀ ਸਰਚ ਮਾਰੋ ਤੁਹਾਨੂੰ ਬਹੁਤ ਕੁਝ ਮਿਲ ਜਾਏਗਾ। ਈਵਨ ਤੁਸੀਂ ਗੌਰਮੈਂਟ ਦੀ, ਕੈਨੇਡਾ ਗੌਰਮੈਂਟ ਦੀ ਵੈਬਸਾਈਟ 'ਤੇ ਵੀ ਚਲੇ ਜਾਓ, ਉੱਥੇ ਜੋਬ ਬੈਂਕ ਹੈਗਾ, ਉੱਥੇ ਪਾਓ, ਤੁਹਾਨੂੰ ਕਾਫੀ ਇੰਪਲੋਇਰ ਮਿਲ ਜਾਣਗੇ। ਐਜ਼ ਏ ਕੇਅਰ ਗਿਵਰ ਦੇ ਇਲਾਵਾ ਵੀ ਹੋਰ ਕੁਝ ਵੀ ਹੁੰਦਾ, ਹੋਟਲ ਮੈਨੇਜਮੈਂਟ ਦੇ, ਪਲੰਬਰ ਦੇ, ਫਾਰਮਰ ਦੇ, ਅਤੇ ਕੀ ਬੋਲਦੇ ਅਕਾਊਂਟੈਂਟ ਦੇ, ਕੈਸ਼ੀਅਰ ਦੇ, ਜਿਸਨੂੰ ਲੋੜ ਹੁੰਦੀ ਹੈ। ਕੁਛ ਕੁਛ ਪ੍ਰੋਫੈਸ਼ਨ ਵਿੱਚ LMI, ਮੈਂ ਪਹਿਲੇ ਵੀ ਜ਼ਿਕਰ ਕੀਤਾ ਸੀ, LMI ਦੀ ਲੋੜ ਨਹੀਂ ਹੁੰਦੀ। LMI ਦੀ ਲੋੜ ਇਸ ਕਰਕੇ ਹੁੰਦੀ ਹੈ ਕਿ ਗੌਰਮੈਂਟ ਨੂੰ ਦੱਸਣਾ ਹੁੰਦਾ ਹੈ ਕਿ ਅਗਰ ਇਹ ਇੰਪਲੋਇਰ ਆਉਂਦਾ ਹੈਗਾ, ਸੋਰੀ, ਇਹ ਵਰਕਰ ਇੱਥੇ, ਫੋਰਨ ਵਰਕਰ ਆਉਂਦਾ, ਇਹਦਾ ਨੈਗੇਟਿਵ ਇਫੈਕਟ ਇੱਥੇ ਨਹੀਂ ਪਏਗਾ ਕੈਨੇਡਾ ਵਿੱਚ।
कम से कम कैनेडा इंप्लॉय जेडे कैनेडा दे रेजिडेंट हैगे कैनेडा दे जेडे वर्कर है उन्होंने नैगेटिव इफेक्ट नहीं पड़ेगा, पर ये लो वेजिस से असं बुला रहे हैं। तो आप अपने वैबसाइट पर रिज्यूमे अपलोड कर, जिससे अपलोड करने नाल आपां नूं काफ़ी लोग मिल सकते हैं, आप जिस बेस से आप जा भी सकते हैं। तो उस दे विच पहले अपना रिज्यूमे अपलोड करो, रिज्यूमे अपलोड करने के बाद अपने इंप्लॉयर बारे जानो, जिहड़ा थोड़ा एजेंट है उहदे बारे थोड़ा पता करो कि थोड़े ज़्यादा पैसे खर्च नहीं होने, 5-6 हज़ार डॉलर ही मतलब 5-6 हज़ार या मैक्सिमम 6 हज़ार खर्च होने, ज़्यादा नहीं होने। कुछ एजेंट होंगे हैं कि LMI मंगाने वास्ते या कुछ देने वास्ते, कुछ जॉब अवेलिटी देने वास्ते पैसे लेंगे, एज ए फेक जॉब प्रोवाइड करते हैं। उन्होंने बचो, तुम उन्होंने बचोगे तो बैटर रहेगा। उस नाल थोनू की हैगा, तुसी अपना खुद रिज्यूमे अपलोड करो। काफ़ी लोग नेट पर बैठे, जिवें मैं नेट पर अपना वीडियो पा रही हैगी, कुछ पा रही है, तुसी भी तो मैं नेट पर लभ रहे, तो एवें ही लोग थोनू लभ सकते हैं अगर थोड़े तुसी बेस्ट हो। अगर तुसी जाना चाहते हो, थोड़ा इरादा कैनेडा ही जानता है, चाहे तुसी मलेशिया हो, चाहे ताइवान हो, चाहे इंडोनेशिया विच हो, चाहे बैंकॉक विच हो तुसी, या होंगकॉक विच हो तुसी, तुसी जाना चाहते हो कैनेडा, पर अपना रिज्यूमे तुसी वैबसाइट पर पाओ, किसी एजेंट के थ्रू ना आओ, ना कोई LMI खरीदो। LMI कदे परचेज नहीं होंगी है, वो सारी फेक LMI हो जाती है, गवर्नमेंट में पहले ही पता होंगे, कट कॉपी पेस्ट करके LMI बनती है। इस करके अपना रिज्यूमे जो है वैबसाइट पर पाओ, कैनेडा जॉब बैंक से जिहड़ी गवर्नमेंट की साइट हैगी, उस नाल की है तुसी ईजली भी मूव कर सकते हैं। एजेंट का मैंने नहीं पता कि एजेंट की चार्ज करते, पर इन्ना मैंने पता कि एजेंट LMI भी सेल करते हैं, कुछ करते हैं, सारे का नहीं कर दी हूँ, पर जेड़ा भी एजेंट लभो वो गवर्नमेंट अप्रूव्ड होए। पहले तो इंप्लॉयर ने ही सारा कुछ थोड़ा करना होंदा है, उन्हें ही पहले ऐड देनी होंगी हैगी, जॉब प्रोवाइड करनी होंगी हैगी, सारा कुछ। अगर थोनों कोई जॉब अपॉर्चुनिटी कैनेडा विच मिलती है एवं नैट के थ्रू, कैनेडा जॉब बैंक के थ्रू, जिवें तुसी होटल मैनेजमेंट के काम पर जा रहे हो, या कैशियर के तौर पर जा रहे हो, या लिविंग केयर के तौर पर जा रहे हो, चाहे एज ए टीचर के तौर पर जा रहे हो, तो तुसी उदे विच अपना कैनेडा जॉब बैंक विच अपना रिज्यूमे अपलोड कर लो, और उत्थों ही अपना इंप्लॉयर लभो तो बैटर रहेगा, ना कि किसी एजेंट, ना कि किसी दे विच फसो, क्योंकि कुछ होंगे इंप्लॉयर पैसे लेंदे हैंगे वर्कर ते इत्थे कैनेडा बुलाने वास्ते। उस सारी चीज़ों नूं तुसी गौर करो, इन फ्यूचर तुसी उत्थे रहना है कि तुसी वो पैसे तो नहीं बर्बाद हो जाओगे थोड़े, अगर वो पैसे थोड़े बर्बाद हो गए फायदा की होगा, अगर तुसी इत्थे ही रह गए सिंगापुर, पहले सिंगापुर का एक्सपीरियंस ले लो। जाना जरूर हैगा कैनेडा, पर कैनेडा जाओ सही वे ना, पैसे वेस्ट ना हो, पैसे लगन पर ठीक लगन। अगर अपना पैसे बचाना चाहते हो तो अपना रिज्यूमे अपलोड कैनेडा की वैबसाइट पर करो, और bonasty.com, naukri.job.com बहुत साइट्स हैंगी जो थोनू गूगल विच मिल जाएंगी। उस नाल की हैगी है, थोनू इंप्लॉयर ने एक रुपया भी नहीं थोड़े को लेना है, ना वो ले सकता है। LMI दे होंगे $1500 वकील दे होंगे, LMI प्रूफ्ड होंगी है, फिर थोड़ी इंटरव्यू आ जाती है, और थोड़ा जिहड़ा एक्सपीरियंस सिंगापुर का है ये प्लस पॉइंट है, मलेशिया का, दुबई का, होंगकोंग का, ताइवान का, जिहड़ा भी तुसी जिथे भी तुसी काम कर रहे हो, छोटी छोटी कंट्रियां का अपन प्लस पॉइंट हो जाता है। तो काफ़ी लोग एवें ही कैनेडा मूव करके भी गए हैं, पर थोड़ा अवेयरनेस होके गए हैं, पहले सारा कुछ देख लो। ये मेरा कोई इंट्रस्ट नहीं है, मेरा इंट्रस्ट है कि थोड़ा अवेयर कर सका, जिन्नी हो सके थोड़ा अवेयरनेस दे सका, और किसी का कोई पैसा खराब ना हो, इस करके मैं थोड़ा अवेयरनेस देना चाहती हूँ। मेरा इस दे विच कोई इंट्रस्ट नहीं है, ना मैं एजेंट है, मैं सिर्फ एक अवेयरनेस वीडियो बनाती हैं, अवेयर करती हैं लोगों को, ठीक चलो, तो पैसे ना बर्बाद करो। पैसे बड़ी मुश्किल नाल कमाए जाते हैं, आप बड़ी मुश्किल नाल पैसे कमा के देने होंगे है, खरीदने होंगे, अपनी फैमिली में सरवाइव करना है किसी भी तरह। हूँ कोई सिंगापुर आया है तो वह कि कुछ छड़ के एक दो साल अपनी फैमिली में छड़ के आता है, होंगकोंग जाता है, या चाइना जाता है, जापान जाता है, जिते भी जाता है, पर अपनी फैमिली का सैक्रीफाइस तो करता ही है, और फिर वो अच्छे फ्यूचर वास्ते कैनेडा नू मूव करता है। इसी करके मूव करता है कि फैमिली का फ्यूचर अच्छा हो। जब तुसी फैमिली का फ्यूचर ही अच्छा चाहते हो तो तुसी सारा कुछ देख रेख के करो, तो कोशिश करो वैबसाइट पर ही अपना इंप्लॉयर लभ।
ਅਤੇ ਅਗਰ ਇੰਪਲੋਇਰ ਤੁਹਾਨੂੰ ਮਿਲਦਾ ਹੈਗਾ ਵਧੀਆ, ਔਰ ਉਹਦੇ ਬਾਰੇ ਜਿੰਨਾ ਹੋ ਸਕੇ ਜਾਂਚ ਪੜਤਾਲ ਕਰੋ, ਉਹਦੇ ਬਾਰੇ ਜਿੰਨਾ ਹੋ ਸਕੇ ਵੈਰੀਫਿਕੇਸ਼ਨ ਕਰੋ, ਔਰ LMI ਬਾਰੇ ਵੀ ਪੂਰੀ ਵੈਰੀਫਿਕੇਸ਼ਨ ਕਰੋ, ਕਿਉਂਕਿ LMI ਪਹਿਲੇ ਦੇਖੋ ਜਿਹੜੀ LMI ਆਉਂਦੀ ਹੈ ਉਹਦੇ ਵਿੱਚ ਕੀ ਵੇਜਸ ਹੈ, ਕੀ ਜੋਬ ਕੰਟਰੈਕਟ ਹੈ, ਕੀ ਕਿਵੇਂ ਹੈਗਾ ਸਾਰਾ ਕੁਛ, ਇਹ ਤੁਸੀਂ ਸਾਰਾ ਕੁਛ ਦੇਖ ਲਓ, ਸਾਰਾ ਕੁਛ ਤੁਸੀਂ ਚੈੱਕ ਕਰਨਾ। ਅਗਰ ਨਹੀਂ ਆਉਂਦਾ ਤਾਂ ਕਿਸੇ ਕੋਲ ਚੈੱਕ ਕਰਵਾ ਲਓ। ਜਿਹੜੇ ਸਿੰਗਾਪੁਰ ਚਲੇ ਜਾਂਦੀਆਂ ਕੁੜੀਆਂ ਉਹਨਾਂ ਨੂੰ ਇੰਗਲਿਸ਼ ਬਹੁਤ ਅੱਛੀ ਆ ਜਾਂਦੀ ਹੈਗੀ, ਅਸੀਂ ਜਿਹੜੀ ਵੀ ਕੁੜੀਆਂ ਫੋਰਨ ਕੰਟਰੀਆਂ ਚਲੇ ਜਾਂਦੀਆਂ, ਚਾਹੇ ਉਸ ਸਿੰਗਾਪੁਰ ਜਾਣ, ਚਾਹੇ ਦੁਬਈ ਜਾਣ, ਚਾਹੇ ਮਲੇਸ਼ੀਆ ਜਾਣ, ਚਾਹੇ ਹੋਂਗਕੋਂਗ ਜਾਣ, ਉਹਨਾਂ ਨੂੰ ਇੰਗਲਿਸ਼ ਬਹੁਤ ਅੱਛੀ ਆ ਜਾਂਦੀ ਹੈ। ਅਤੇ ਕੁੜੀਆਂ ਹੋ ਚਾਹੇ ਮੁੰਡੇ ਹੋ, ਉਹ ਕਾਫੀ ਸਿੱਖ ਜਾਂਦੇ ਆ, ਇੰਡੀਆ ਨਾਲੋਂ ਬੈਟਰ ਹੋ ਜਾਂਦਾ ਔਰ ਬੈਟਰ ਐਕਸਪੀਰੀਅੰਸ ਵੀ ਆ ਜਾਂਦਾ। ਅਤੇ ਉਹ ਬੈਟਰ ਐਕਸਪੀਰੀਅੰਸ ਵਾਸਤੇ ਈਜ਼ੀਲੀ ਇਹ ਮੂਵ ਕਰਨਾ ਚਾਹੁੰਦੇ ਕੈਨੇਡਾ। ਕੈਨੇਡਾ ਇਹ ਛੋਟੀ ਮੋਟੀ ਪ੍ਰੋਵੈਂਸੀ ਤਾਂ ਹੈ ਨਹੀਂ, ਬਹੁਤ ਵੱਡੀ ਪ੍ਰੋਵੈਂਸੀ, ਅਲੱਗ ਅਲੱਗ ਪ੍ਰੋਵੈਂਸੀ ਵਿੱਚ ਅਲੱਗ ਅਲੱਗ ਹੈਗਾ। ਮੂਵ ਕਰੋ, ਬੈਟਰ ਫਿਊਚਰ ਵਾਸਤੇ ਕਰਨਾ ਵੀ ਚਾਹੀਦਾ, ਆਪਾਂ ਨੂੰ ਜਾਣਾ ਵੀ ਚਾਹੀਦਾ ਹੈਗਾ। ਅਤੇ ਇਹ ਮੇਰੀ ਛੋਟੀ ਜਿਹੀ ਅੱਜ ਵੀਡੀਓ ਸੀ, ਅਤੇ ਮੈਂ ਇਹ ਛੋਟੀ ਜਿਹੀ ਵੀਡੀਓ ਅਵੇਅਰਨੈਸ ਵਾਸਤੇ ਬਣਾਈ ਸੀ। ਥੈਂਕ ਯੂ ਸੋ ਮੱਚ, ਤੁਸੀਂ ਮੇਰਾ ਵੀਡੀਓ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਮੈਨੂੰ ਬੜੀ ਖੁਸ਼ੀ ਮਿਲਦੀ ਹੈ।